ਮਾਸ਼ਾਅੱਲਾ ਜੀ, ਪਰਿੰਦੇ ਸਾਰੇ ਛੱਡਦੇ ਤੇ ਜੀ, ਔਰ ਖੁਦ ਹੀ ਇਹਨਾਂ ਨੇ ਪਾਣੀ ਦਾ ਆਪਣਾ ਇਸਤੇਮਾਲ ਸ਼ੁਰੂ ਕਰ ਦਿੰਦੇ। ਇਹਨਾਂ ਨੂੰ ਵੀ ਛੱਡਦੇ ਜੀ, ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤਹੂ। ਟਰਾਈ ਪਰਸਨ ਆਪਣੇ ਪਰਿੰਦਿਆਂ 'ਤੇ ਲਾਜ਼ਮ ਇਸਤੇਮਾਲ ਕਰਿਆ ਕਰੋ। ਜਰਾਸੀਮੀ ਬਿਮਾਰੀਆਂ, ਮੌਸਮੀ ਤਬਦੀਲੀ ਦੀਆਂ ਬਿਮਾਰੀਆਂ, ਜਾਂ ਇਹ ਲਾਜ਼ਮੀ ਨਹੀਂ ਹੈ ਕਿ ਪਰਿੰਦੇ ਬਿਮਾਰ ਹੋਣ ਅਤੇ ਫਿਰ ਹੀ ਦਿੱਤਾ ਜਾਂਦਾ। ਇਹਦੀਆਂ ਦੋ ਪੈਕਿੰਗਾਂ ਮਿਲਦੀਆਂ ਨੇ, ਇੱਕ ਵੱਡੀ ਹੈ ਇੱਕ ਛੋਟੀ ਹੈ, ਆਪਣੀ ਜ਼ਰੂਰਤ ਦੇ ਜਾਂ ਪਰਿੰਦਿਆਂ ਦੇ ਹਿਸਾਬ ਨਾਲ। ਇਹ 10 cc ਹੈ, ਮੈਂ ਛੋਟੀ ਲਈ ਹੈ। ਔਰ ਅਗਰ ਕਿਸੇ ਕੋਲ ਜ਼ਿਆਦਾ ਦੋਸਤ ਦੇ ਕੋਲ ਸੈਟਅਪ ਹੋਵੇ ਜਾਂ ਜ਼ਿਆਦਾ ਪਰਿੰਦੇ ਹੋਣ ਤਾਂ ਉਹ ਵੀ ਲੈ ਸਕਦਾ ਵਾ। ਔਰ ਇਹ ਜਰਾਸੀਮੀ ਬਿਮਾਰੀਆਂ, ਮੌਸਮ ਤਬਦੀਲ ਹੁੰਦਾ, ਇਹਦੇ ਵਿੱਚ ਮੁਖਤਲਿਫ ਕਿਸਮ ਦੇ ਵਾਇਰਸ ਬੈਕਟੀਰੀਆ ਆਉਂਦੇ ਨੇ ਔਰ ਪਰਿੰਦਿਆਂ ਨੂੰ ਡਿਸਟਰਬ ਕਰਦੇ ਨੇ, ਜਿਸ 'ਚ ਨਜ਼ਲਾ, ਜ਼ੁਕਾਮ ਵਗੈਰਾ, ਛੋਟੇ ਛੋਟੇ ਮਾਮਲਾ ਅਤੇ ਸਾਰਿਆਂ ਨਾਲ ਦਾ ਇਨਸ਼ਾਅੱਲਾ ਬਿਹਤਰੀਨ ਟ੍ਰੀਟਮੈਂਟ ਹੁੰਦਾ ਵਾ। ਔਰ ਇਹ 4 ਤੋਂ 5 ਦਿਨ ਤੱਕ ਇਸਤੇਮਾਲ ਕਰਵਾਈਦਾ ਵਾ। ਜਿਸ ਤਰ੍ਹਾਂ ਹੁਣ ਇਹ 10 cc ਹੈ, ਮੇਰੀ 5 ਦਿਨ ਚੱਲ ਜਾਣੀ ਹੈ। ਡੇਲੀ ਦੀ ਖੁਰਾਕ ਜਿਹੜੀ ਹੈ ਮੇਰੀ 2 ml ਯਾਨੀ ਕਿ 2 cc ਇਹ ਭਰੀ ਹੋਈ ਹੈ ਮੈਂ। ਇਹਦਾ ਤਰੀਕਾ ਇਸਤੇਮਾਲ ਇਹ ਆ ਕਿ 4 ਤੋਂ 5 ਲੀਟਰ ਦੇ ਵਿੱਚ 2 cc ਇਸਤੇਮਾਲ ਕਰੀਦਾ, ਯਾਨੀ ਕਿ 2 ml ਇਸਤੇਮਾਲ ਕਰੀਦਾ ਵਾ। ਮੈਂ ਦਿਖਾਉਂਦਾ ਤੁਹਾਨੂੰ ਦੋਸਤਾਂ ਨੂੰ ਕਿ ਜੀ ਮੇਰੇ ਕੋਲ ਵਾ ਇਸ ਟਾਈਮ, ਇਹ ਦੇਖੋ ਸਹੀ ਹੈ, ਇਹ 2 ਲੀਟਰ ਹੈ ਅਤੇ 2 ਲੀਟਰ ਇਹ ਪਿਆ ਵਾ, 1-1 ਲੀਟਰ। ਔਰ ਇਹਨਾਂ ਦੇ ਵਿੱਚ ਨਾ ਮੈਂ ਇਸਤੇਮਾਲ ਕਰਵਾਵਾਂਗਾ 1-1 ਪੁਆਇੰਟ, ਯਾਨੀ ਕਿ 1 cc। ਉਸਦੀ ਆਵਾਜ਼ਾਂ ਆ ਰਹੀਆਂ ਨੇ, ਉਹਨਾਂ ਨੂੰ ਬਰਾਏ ਮਿਹਰਬਾਨੀ ਇਗਨੋਰ ਕਰਨਾ, ਕਿਉਂਕਿ ਛੱਤ 'ਤੇ ਬੈਠਾ ਹੋਇਆ ਵਾਂ ਅਤੇ ਮੁਖਤਲਿਫ ਹੁਣ ਬੰਦਾ ਨਹੀਂ, ਕਿਸੇ ਨੂੰ ਵੀ ਰੋਕ ਵੀ ਨਹੀਂ ਸਕਦਾ। ਹਰ ਕਿਸੇ ਨੇ ਆਪਣੇ ਆਪਣੀ ਰੋਜ਼ੀ ਰੋਟੀ ਮਾਮਲਾ ਚਲਾਉਣੇ ਆ, ਅਸੀਂ ਚੱਲਦੇ ਹਾਂ ਜੀ ਆਪਣਾ ਨਿਜ਼ਾਮ ਚਲਾਉਂਦੇ ਹਾਂ। ਇਹ ਮੇਰੀ 2 ਲੀਟਰ ਦੀ ਕੈਨ ਹੈ ਔਰ ਇਹਦੇ ਵਿੱਚ 1 ml ਅਸੀਂ ਸ਼ਾਮਿਲ ਕਰ ਦਿੰਦੇ ਹਾਂ, ਯਾਨੀ ਕਿ 1 cc ਮੈਡੀਸਨ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦਿੰਦੇ ਹਾਂ। ਇੱਕ ਸੀਸੀ ਇਹਦੇ ਚਲੇ ਗਈ ਜੀ, ਉਸ ਤੋਂ ਬਾਅਦ ਅੱਧਾ ਅਤੇ ਅੱਧਾ ਇਹਦੇ 'ਚ, ਸਹੀ ਹੈ ਦੋਸਤੋ। ਬਾਜ਼ ਦਫ਼ਾ ਜਿਹੜਾ ਵਾ ਖੁਦ ਵੀ ਪ੍ਰੈਕਟੀਕਲ ਕਰਕੇ ਦੋਸਤਾਂ ਨੂੰ ਦਿਖਾਉਣਾ ਪੈਂਦਾ ਵਾ ਕਿ ਕਿਤੇ ਕੋਈ ਦੋਸਤ ਇਹ ਨਾ ਖਿਆਲ ਕਰ ਲਵੇ ਕਿ ਚੀਜ਼ਾਂ ਜਿਹੜੀਆਂ ਨੇ ਖੁਦ ਵੀ ਇਸਤੇਮਾਲ ਕਰਦੇ ਆ ਕਿ ਸਾਨੂੰ ਵੀ ਬਸ ਚੂਨਾ ਲਾਈ ਜਾਂਦੇ ਨੇ। ਇਸ ਵਾਸਤੇ ਬਾਜ਼ ਦਫ਼ਾ ਨਾ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਜਿੱਥੇ ਜਿੱਥੇ ਜ਼ਰੂਰਤ ਪੈਂਦੀ ਹੈ ਉਹ ਪ੍ਰੈਕਟੀਕਲ ਦੇ ਵਿੱਚ ਵੀ ਵੀਡੀਓ ਬਣਾ ਦਿੰਦਾ ਹੁੰਦਾ ਮੈਂ, ਕਿਉਂਕਿ ਮੇਰੇ ਕੋਲ ਪਰਿੰਦੇ ਸ਼ੋਰਟ ਥੋੜ੍ਹੇ ਨੇ ਅਤੇ ਜਿੰਨਾ ਕੁ ਮੇਰੇ ਜ਼ਰੂਰਤ ਦਾ ਪਾਣੀ ਹੈ, ਪਾਣੀ ਮੇਰਾ ਜ਼ਾਇਆ ਨਾ ਹੋਵੇ, ਉਸ ਹਿਸਾਬ ਸਿਰ 1 cc ਜਿਹੜਾ ਵਾ 2 ਲੀਟਰ ਪਾਣੀ ਦੇ ਵਿੱਚ ਪਾਤਾ ਵਾ। ਵੈਸੇ 4 ਤੋਂ 5 ਲੀਟਰ ਪਾਣੀ ਵਿੱਚ 2 cc 2 ml ਮੈਡੀਸਨ ਇਸਤੇਮਾਲ ਕਰਵਾਉਣੀ ਹੈ ਟਰਾਈ ਪਰਸਨ। ਔਰ ਇਹਦਾ ਇਨਸ਼ਾਅੱਲਾ ਇਸਤੇਮਾਲ ਕਰਵਾਓਗੇ, ਜਰਾਸੀਮੀ ਬਿਮਾਰੀਆਂ ਜਿਹੜੀਆਂ ਨੇ, ਮੌਸਮੀ ਅਸਰਾਤ ਨੇ, ਬਹੁਤ ਬਿਹਤਰੀਨ ਰਿਜ਼ਲਟ ਮਿਲੇਗਾ ਤੁਹਾਨੂੰ ਇਹਦਾ। ਮਾਮਲਾਤ ਜਿਹੜੇ ਆ ਉਹਨਾਂ ਦੇ ਤੋਂ ਅਖਰਾਜਾਤ ਦੀ ਬੱਚਤ ਆਉਂਦੀ ਹੈ ਕਿ ਪਰਿੰਦਾ ਜਿਹੜਾ ਵਾ ਜ਼ਿਆਦਾ ਬਿਮਾਰ ਹੋ ਜਾਵੇ ਉਸਨੂੰ ਉਸ ਤੋਂ ਪਹਿਲੇ ਹੀ ਰਿਕਵਰ ਕਰ ਲੈਣਾ ਚਾਹੀਦਾ ਵਾ, ਕਿਉਂਕਿ ਇਸ ਤਰ੍ਹਾਂ ਦੇ ਛੋਟੇ ਛੋਟੇ ਅਗਰ ਤੁਸੀਂ ਥੋੜ੍ਹੀ ਥੋੜ੍ਹੀ ਮੈਡੀਸਨ
ਪਰਿੰਦੇ ਸਿਹਤਮੰਦ ਨੂੰ ਵੀ ਦਿੰਦੇ ਰਹੋਗੇ ਹਿਫਾਜ਼ਤੀ ਤੌਰ 'ਤੇ, ਅਤੇ ਉਹ ਪਰਿੰਦਾ ਤੁਹਾਡਾ ਕਦੀ ਵੀ ਬਿਮਾਰੀ ਸਖਤ ਬਿਮਾਰੀ ਵੱਲ ਨਹੀਂ ਜਾਏਗਾ। ਠੀਕ ਹੈ ਦੋਸਤੋ, ਮਿਲਦੇ ਹਾਂ ਕਿਸੇ ਨਵੇਂ ਟੌਪਿਕ 'ਤੇ ਨਈ ਵੀਡੀਓ ਵਿੱਚ। ਤਦ ਤੱਕ ਆਪਣਾ ਔਰ ਆਪਣੇ ਸ਼ੌਕ ਦਾ ਖਿਆਲ ਰੱਖਣਾ। ਖਾਲਿਦ ਮਹਿਮੂਦ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।